ਸਾਰੇ ਦੋਸਤਾਂ ਦਾ ਸਵਾਗਤ ਹੈ ਜੀ ਆਇਆਂ ਨੂੰ। ਦੋਸਤੋ, ਅੱਜ ਅਸੀਂ ਗੱਲ ਕਰਾਂਗੇ ਕਿਸਾਨੀ ਮੁੱਦੇ ਦੇ ਉੱਪਰ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਿਛਲੇ 5 ਦਿਨਾਂ ਤੋਂ ਕਿਸਾਨੀ ਸੰਘਰਸ਼ ਜਿਹੜਾ ਉਹ ਦੁਬਾਰਾ ਭਖਿਆ 3 ਸਾਲਾਂ ਬਾਅਦ, ਜਿੱਥੋਂ ਜਿਹੜਾ ਸੰਘਰਸ਼ ਜਿਹੜੀਆਂ ਗੱਲਾਂ 'ਤੇ ਖਤਮ ਹੋਇਆ ਸੀ ਉਹਨਾਂ ਗੱਲਾਂ ਤੋਂ ਦੁਬਾਰਾ ਸ਼ੁਰੂ ਹੋ ਗਿਆ। ਅੱਜ ਉਹਦੀ ਘੋਖ ਪੜਤਾਲ ਕਰਾਂਗੇ ਅਤੇ ਇਹ ਕੀ ਲੱਗਦਾ ਤੁਹਾਨੂੰ ਕਿ ਜਿਹੜਾ ਕੀ ਲੋੜ ਪਈ ਹੈ 3 ਸਾਲਾਂ ਬਾਅਦ ਸਰ ਦੁਬਾਰਾ ਇਹ ਸਾਰਾ ਕੁਛ ਜਿਹੜਾ ਸੰਘਰਸ਼ ਖੜਾ ਕਰਨ ਦੀ। ਦੇਖੋ, ਬੁਨਿਆਦੀ ਤੌਰ ਤੇ ਗੱਲ ਤੇ ਇਹ ਹੈਗੀ ਆ ਕਿ ਕਿਸਾਨੀ ਪਿਛਲੇ ਲੰਮੇ ਸਮੇਂ ਤੋਂ ਲਾਹੇਵੰਦ ਦਾ ਧੰਦਾ ਨਹੀਂ ਆ। ਉਹਦੀਆਂ ਜਿਹੜੀਆਂ ਲਾਗਤਾਂ ਕਿਸਾਨ ਦੀਆਂ ਉਹ ਜ਼ਿਆਦਾ ਨੇ, ਤੇ ਜਿਹੜਾ ਉਹਨੂੰ ਫਸਲਾਂ ਦਾ ਭਾਅ ਘੱਟ ਮਿਲਦਾ, ਤੇ ਕਿਸਾਨ ਕਰਜ਼ੇ ਥੱਲੇ ਦੱਬਿਆ ਜਾ ਰਿਹਾ, ਉਹਦੀਆਂ ਜ਼ਮੀਨਾਂ ਖੁੱਸ ਰਹੀਆਂ ਤੇ ਉਹਦਾ ਕੁਝ ਬਣ ਨਹੀਂ ਰਿਹਾ। ਇਸ ਲਈ ਉਹ ਵੱਖ ਵੱਖ ਮੁੱਦਿਆਂ ਤੇ ਵੱਖ ਵੱਖ ਸਮੇਂ ਸੰਘਰਸ਼ ਕਰਦਾ ਰਿਹਾ। ਪਰ ਜਿਹੜਾ ਪਿਛਲੇ ਸਮੇਂ ਦੇ ਵਿੱਚ ਕਿਸਾਨ ਅੰਦੋਲਨ ਹੋਇਆ ਜਦੋਂ ਦਿੱਲੀ ਘੇਰੀ ਜੀ, ਤਾਂ ਉਦੋਂ ਕੁਝ ਗੱਲਾਂ ਤੇ ਸਹਿਮਤੀ ਹੋਈ। ਇੱਕ ਤਾਂ ਜਿਹੜੇ ਨਵੇਂ ਕਾਨੂੰਨ ਬਣਾਏ ਗਏ ਸੀ ਉਹ ਵਾਪਸ ਹੋ ਗਏ, ਜਿਹੜੀ ਕਿ ਉਹਨਾਂ ਦੀ ਵੱਡੀ ਤੇ ਮੁੱਖ ਡਿਮਾਂਡ ਸੀਗੀ। ਪਰ ਇਹਦੇ ਨਾਲ ਹੀ ਉਹਨਾਂ ਦਾ ਸੀ ਕਿ ਇਹ ਤਾਂ ਤੁਸੀਂ ਨਵਾਂ ਸੱਪ ਸਾਡੇ ਗਲ ਪਾਇਆ ਸੀ ਜੀ, ਅਸਲ ਜਿਹੜੀਆਂ ਸਾਡੀਆਂ ਸਮੱਸਿਆਵਾਂ ਉਹ ਤਾਂ ਪਹਿਲਾਂ ਵੀ ਮੌਜੂਦ ਆ, ਉਹਨਾਂ ਦਾ ਹੱਲ ਕਰੋ। ਉਹਨਾਂ ਚੋਂ ਇੱਕ ਸਮੱਸਿਆ ਤਾਂ ਸੀ ਕਿ ਸਾਨੂੰ MSP ਦਿਓ ਜੀ, ਤੇ MSP ਆ ਜਿਹੜੀ ਉਹ ਸਾਰੀਆਂ ਫਸਲਾਂ ਤੇ ਦਿਓ, ਤੇ MSP ਦੇ ਉੱਪਰ ਅਨਾਜ ਜਾਂ ਫਸਲ ਚੱਕੀ ਵੀ ਜਾਵੇ। ਇਹ ਨਹੀਂ ਕਿ MSP ਅਨਾਊਂਸ ਕਰ ਦਿਓ, ਉਹਨੂੰ ਕਹਿੰਦੇ ਆ ਕਿ ਗਰੰਟੀ ਦਿਓ। ਇੱਕ ਇਹ ਕਿ MSP ਨਿਰਧਾਰਿਤ ਕਿਵੇਂ ਕਰਨੀ ਆ, ਉਹਦੇ ਲਈ ਸਵਾਮੀ ਨਾਥਨ ਫਾਰਮੂਲਾ ਜਿਹੜਾ ਹੈਗਾ ਕਿ ਲਾਗਤ ਦੇ ਉੱਤੇ ਜਿਹੜਾ ਸਾਨੂੰ ਉਹ C2 ਦੇ ਫਾਰਮੂਲੇ ਅਨੁਸਾਰ ਉਹਦੇ ਤੇ ਸਾਨੂੰ ਮੁਨਾਫਾ ਦਿਓ। ਇਹ ਉਹਨਾਂ ਦੀਆਂ ਮੰਗਾਂ ਸੀਗੀਆਂ। ਇੱਕ ਇਹ ਸੀ ਕਿ ਜਿਹੜਾ ਸਾਡਾ ਕਰਜ਼ਾ ਉਹ ਜਿਵੇਂ ਤੁਸੀਂ ਕਰਜ਼ਾ ਜਿਹੜਾ ਹੈਗਾ ਇੰਡਸਟਰੀਅਲਿਸਟਾਂ ਦਾ ਮਾਫ ਕਰਦੇ ਆ, ਉਵੇਂ ਸਾਡੇ ਕਰਜ਼ੇ 'ਤੇ ਲੀਕ ਮਾਰੋ। ਇਹਨਾਂ ਦੇ ਨਾਲ ਨਾਲ ਕੁਝ ਜੁੜਵੀਆਂ ਹੋਰ ਮੰਗਾਂ ਸੀ ਜਿਹੜੀਆਂ ਅੰਦੋਲਨ ਦੌਰਾਨ ਪੈਦਾ ਹੋਈਆਂ ਕਿ ਸਾਡੇ ਤੁਸੀਂ ਸਾਡੇ 'ਤੇ ਮੁਕੱਦਮੇ ਦਰਜ ਕੀਤੇ ਜੀ, ਉਹ ਮੁਕੱਦਮੇ ਵਾਪਸ ਲਓ। ਇਸੇ ਤਰ੍ਹਾਂ ਹੀ ਇਹ ਕਿ ਸਾਡੇ ਉੱਥੇ ਕੁਝ ਕਿਸਾਨ ਸ਼ਹੀਦ ਹੋ ਗਏ, ਉਹਨਾਂ ਨੂੰ ਤੁਸੀਂ ਮੁਆਵਜ਼ਾ ਦਿਓ, ਕੁਝ ਜ਼ਖਮੀ ਹੋ ਗਏ ਉਹਨਾਂ ਦਾ ਇਲਾਜ ਕਰਵਾਓ, ਤੇ ਇੱਕ ਇਹ ਕਿ ਜਿਹੜੇ ਬੰਦੇ ਨੇ ਲਖੀਮਪੁਰ ਖੀਰੀ ਕਿਸਾਨਾਂ ਦੇ ਉੱਤੇ ਹਮਲਾ ਕੀਤਾ, ਉਹਨਾਂ ਨੂੰ ਦਰੜਿਆ, ਉਹਨਾਂ ਉੱਤੇ ਮੁਕੱਦਮੇ ਦਰਜ ਕਰੋ। ਇਹ ਉਹਨਾਂ ਦੀਆਂ ਮੰਗਾਂ ਸੀ। ਅਸਲ ਗੱਲ ਤੇ ਇਹ ਹੋ ਗਈ ਕਿ ਇੰਨਾ ਸਮਾਂ ਬੀਤ ਗਿਆ, ਕਿਸੇ ਵੀ ਮਸਲੇ ਤੇ ਕੋਈ ਗੱਲ ਨਹੀਂ ਹੋਈ ਜੀ। ਨਿਸ਼ਚੇ ਹੀ ਕਿਸਾਨ ਉਬਲੇ ਪਏ ਸੀ ਜੀ, ਉਹ ਅਬਾਲ ਬਾਹਰ ਆਉਣਾ ਸੀ। ਉਹਦੇ ਲਈ 2-3 ਗੱਲਾਂ ਜਿਹੜੀਆਂ ਉਹ ਮਹੱਤਵਪੂਰਨ ਵਾਪਰੀਆਂ। ਇੱਕ ਤਾਂ ਇਹ ਕਿ ਇਹ ਤਾਂ ਬਹੁਤ ਆਪਾਂ ਸਾਹਿਤ ਦੇ ਵਿੱਚ ਵੀ ਸੁਣਦੇ ਰਹੇ ਹਾਂ ਕਿ ਬਾਹਰ ਕੋਈ ਫੈਸ਼ਨ ਚੱਲਦਾ ਤੇ ਭਾਰਤ ਉਹਦੀ ਨਕਲ ਕਰਦਾ, ਇਹ ਤਾਂ ਸੁਣਦੇ ਹਾਂ। ਇੱਥੇ ਐਤਕੀ ਉਲਟ ਹੋਇਆ ਕਿ ਉਲਟਾ ਜਿਵੇਂ ਭਾਰਤ ਦੇ ਕਿਸਾਨਾਂ ਨੇ ਦਿੱਲੀ ਘੇਰੀ ਸੀਗੀ, ਐਵੇਂ ਯੂਰਪ ਦੇ ਜਿਹੜੇ ਕਿਸਾਨ ਆ ਉਹਨਾਂ ਨੇ ਪਰਾਲੀ, ਗੋਹਾ, ਪੈਰਿਸ, ਬੈਲਜੀਅਮ, ਇਟਲੀ ਸ਼ਹਿਰਾਂ ਜਾ ਕੇ ਖਲਾਰਤਾ, ਉੱਥੇ ਜਾ ਕੇ ਟਰੈਕਟਰ ਮਾਰਚ ਕਰੇ। ਤਾਂ ਇੱਕ ਉਹ ਵੀ ਸੀ ਕਿ ਇੰਟਰਨੈਸ਼ਨਲ ਪੱਧਰ 'ਤੇ ਕਿਸਾਨੀ ਸੰਕਟ 'ਚ ਜੀ ਜੀ ਇੱਕ ਗੱਲ। ਇਸ ਨੇ ਵੀ ਦੁਬਾਰਾ ਫਿਰ ਉਤਸ਼ਾਹ ਦਿੱਤਾ ਕਿ ਸਾਡੇ ਤੋਂ ਪ੍ਰੇਰਣਾ ਲੈ ਕੇ ਤਾਂ ਯੂਰਪ ਵਾਲੇ ਤੁਰ ਪਏ, ਹੁਣ ਅਸੀਂ ਘਰੇ ਕਿਉਂ ਬੈਠੇ ਹਾਂ, ਇੱਕ ਗੱਲ। ਦੂਜੀ ਜਿਹੜੀ ਗੱਲ ਆ ਕਿ ਨਿਸ਼ਚੇ ਹੀ ਕਿ ਜਿਹੜੀਆਂ ਚੋਣਾਂ ਹੁੰਦੀਆਂ ਉਸ ਤੋਂ ਪਹਿਲਾਂ ਇੱਕ ਹੁੰਦਾ ਕਿ ਸ਼ਾਇਦ ਹੁਣ ਜਾਂਦੀ ਜਾਂਦੀ ਸਰਕਾਰ ਕੁਝ ਦੇ ਜੇ, ਸ਼ਾਇਦ ਸਰਕਾਰ ਦੇ ਜੇ, ਇੱਕ ਦਬਾਅ ਬਣਾਉਣ ਦਾ ਤਰੀਕਾ ਵੀ ਸੀ ਕਿ ਚੋਣਾਂ ਲੱਗਦਾ ਕਿ
ਅਪ੍ਰੈਲ ਚ ਚੋਣਾਂ ਹੋਣਗੀਆਂ ਜਾਂ ਅਪ੍ਰੈਲ ਨਹੀਂ ਤਾਂ ਮਈ ਚ ਹੋਣਗੀਆਂ ਤੇ ਉਹ ਮਾਰਚ ਦੇ ਵਿੱਚ ਅਨਾਊਂਸ ਹੋ ਜਾਣਗੀਆਂ ਤੇ ਉਦੋਂ ਪਹਿਲਾਂ ਕਿਸਾਨ ਦਬਾਅ ਬਣਾਉਣਾ ਚਾਹੁੰਦੇ ਸੀ ਤਾਂ ਇਹ ਉਹਦਾ ਤੁਰੰਤ ਕਾਰਨ ਬਣਿਆ ਕਿਸਾਨ ਅੰਦੋਲਨ ਦਾ। ਪਰ ਦੋ ਤਿੰਨ ਸਾਲਾਂ ਚ ਸਰ ਵਾਪਰਿਆ ਹੈ ਕਿ ਜਿਹੜਾ ਪੁਰਾਣਾ ਮੋਰਚਾ ਉਹ ਜਥੇਬੰਦਕ ਤੌਰ ਤੇ ਆਪਸੀ ਜਿਹੜਾ ਕਿ ਮਜ਼ਬੂਤੀ ਨਾਲ ਲੜਿਆ ਗਿਆ ਸੀ, 32 ਜਥੇਬੰਦੀਆਂ ਇਕੱਠੀਆਂ ਸੀਗੀ, ਤਾਂ ਉਹ ਇਸ ਵਕਫੇ ਦੌਰਾਨ ਕਾਫੀ ਜਿਹੜੇ ਨੇ ਉਤਰਾਅ ਚੜਾਏ ਤੇ ਵਖਰੇਵੇ ਬਣੇ। ਤੁਹਾਨੂੰ ਕੀ ਲੱਗਦਾ ਕਿ ਇਹ ਵਖਰੇਵੇ ਕੋਈ ਅਸਰ ਪਾਉਣਗੇ ਤੇ ਜਾਂ ਫਿਰ ਸਹਿਮਤੀ ਬਣ ਜੂਗੀ? ਦੇਖੋ ਇਹ ਗੱਲ ਸੋਚਣੀ ਕਿ ਜਿਹੜੇ ਸਾਰੀਆਂ ਕਿਸਾਨ ਜਥੇਬੰਦੀਆਂ ਇੱਕੋ ਢੰਗ ਨਾਲ ਸੋਚਣ, ਇਹ ਹੋ ਹੀ ਨਹੀਂ ਸਕਦਾ, ਕਿਉਂਕਿ ਕਿਸਾਨ ਆ ਜਿਹੜੇ ਉਹ ਵੀ ਜਿਹਨੂੰ ਕਹਿ ਸਕਦੇ ਮਲਟੀਪਲ ਆਇਡੈਂਟੀ ਹੁੰਦੀ ਹੈ, ਉਹਨਾਂ ਦੀਆਂ ਕਈ ਪਛਾਣਾਂ ਨੇ। ਜਿਹੜੇ ਕਿਸਾਨ ਨੇ ਉਹ ਵੱਖ ਵੱਖ ਪਾਰਟੀਆਂ ਨਾਲ ਵੀ ਜੁੜੇ ਵੇ ਜੀ, ਇੱਥੋਂ ਤੱਕ ਕਿ ਜਿਹੜੀ ਖੱਬੇ ਪੱਖੀ ਧਿਰ ਆ ਉਹਦੇ ਜਿਹੜੇ ਸਾਰੇ ਹੈਗੇ ਆ, ਹਰ ਕਮਿਊਨਿਸਟ ਪਾਰਟੀ ਦੀ ਆਪਦੀ ਕਿਸਾਨ ਯੂਨੀਅਨ ਆ ਤੇ ਜਿੰਨੇ ਅੱਗੇ ਗਰੁੱਪ ਨੇ ਉਹ ਸਾਰਿਆਂ ਦੀਆਂ ਆਪੋ ਆਪਣੀਆਂ ਯੂਨੀਅਨ ਆ। ਤੋ ਇੱਕ ਤਾਂ ਇਹ ਇੱਕ ਵਿਚਾਰਧਾਰਕ ਵਖਰੇਵੇਂ ਨੇ, ਦੂਜਾ ਜਿਹੜਾ ਵਖਰੇਵਾਂ ਹੈਗਾ ਕਿ ਖਿੱਤੇਵਾਰ ਵੀ ਵਖਰੇਵੇਂ ਨੇ, ਕਿ ਗੰਨਾ ਵਾਲਿਆਂ ਦੀਆਂ ਮੁਸ਼ਕਲਾਂ ਹੋਰ ਨੇ, ਮੂੰਗਫਲੀ ਵਾਲਿਆਂ ਦੀਆਂ ਮੁਸ਼ਕਲਾਂ ਹੋਰ ਆ, ਝੋਨੇ ਕਿਸੇ ਵਾਲਿਆਂ ਦੀਆਂ ਮੁਸ਼ਕਲਾਂ ਹੋਰ ਨੇ, ਪਟਸਨ ਵਾਲਿਆਂ ਦੀਆਂ ਮੁਸ਼ਕਲਾਂ ਹੋਰ ਨੇ, ਖਿੱਤੇਵਾਰ ਵੀ ਸਾਰੇ ਇੱਕ ਨਹੀਂ ਹੋ ਸਕਦੇ। ਅੱਗੋਂ ਫਿਰ ਇਹ ਵੀ ਕਿਹੜੀ ਕਿਸਾਨੀ ਕਿਹੜੀ ਪਰਤ ਚੋਂ ਆਉਂਦੀ ਆ, ਅਮੀਰ ਕਿਸਾਨੀ ਦੀਆਂ ਹੋਰ ਮੁਸ਼ਕਲਾਂ, ਗਰੀਬ ਕਿਸਾਨੀ ਦੀਆਂ ਹੋਰ ਮੁਸ਼ਕਲਾਂ, ਇਸ ਕਰਕੇ ਉਸੇ ਆਧਾਰ ਤੇ ਹੋਰ ਕਈ ਫੈਕਟਰ ਪਰਸਨੈਲਿਟੀ ਫੈਕਟਰ ਰਲ ਕੇ ਇਹ ਸੋਚਣਾ ਕਿ ਸਾਰੀਆਂ ਯੂਨੀਅਨਾਂ ਇੱਕ ਹੋਣਗੀਆਂ ਇਹ ਸੰਭਵ ਨਹੀਂ ਆ। ਪਰ ਜੀ ਕੁਝ ਮਸਲਿਆਂ ਤੇ ਕਿਸਾਨ ਸਹਿਮਤ ਹੋ ਸਕਦੇ ਆ। ਉਹ ਮਸਲਾ ਹੈਗਾ ਕਿ ਘੱਟੋ ਘੱਟ ਜਿਹੜੀ ਮਾਰਕੀਟ ਪ੍ਰਾਈਸ ਆ ਜੀ ਉਹ ਸਾਨੂੰ ਦਿੱਤੀ ਜਾਵੇ, ਉਹ ਕਾਨੂੰਨੀ ਗਰੰਟੀ ਹੋਵੇ ਜੀ, ਜਿਹੜਾ ਸਾਡਾ ਕਰਜ਼ਾ ਹੈ ਉਸ ਨੂੰ ਵੀ ਉਸੇ ਢੰਗ ਨਾਲ ਹੀ ਕੋਈ ਨਿਯਮ ਬਣਾ ਕੇ ਰਫਾ ਦਫਾ ਕੀਤਾ ਜਾਵੇ, ਰਾਈਟ ਆਫ ਕੀਤਾ ਜਾਵੇ, ਜਿਵੇਂ ਇੰਡਸਟਰੀਅਲਿਸਟਾਂ ਦਾ ਕੀਤਾ ਜਾਂਦਾ ਜੀ। ਇਸੇ ਤਰ੍ਹਾਂ ਜੇ ਸਾਡੇ ਤੋਂ ਜ਼ਮੀਨਾਂ ਲੈਣੀਆਂ ਨੇ ਕੋਈ ਇੰਡਸਟਰੀਲਾਈਜੇਸ਼ਨ ਲਈ ਜਾਂ ਇਨਫਰਾਸਟ੍ਰਕਚਰ ਡਿਵੈਲਪ ਕਰਨ ਲਈ, ਰੋਡਾਂ ਬਣਾਉਣ ਲਈ, ਤਾਂ ਉਹਦਾ ਮੁਆਵਜ਼ਾ ਜਿਹੜਾ ਉਹ ਸਿਰਫ ਮਾਰਕੀਟ ਰੇਟ ਕਹਿ ਕੇ ਆਪਦੇ ਵੱਲੋਂ ਹੀ ਨਾ ਨਿਰਧਾਰਿਤ ਕਰ ਦਿੱਤਾ ਜਾਵੇ ਜੀ। ਕਿਸਾਨ ਦਾ ਉਹ ਜੀਨ ਥੀਨ ਦਾ ਢੰਗ ਆ, ਉਹਦੇ ਲਈ ਜਿਹੜਾ ਹੈਗਾ ਸਾਨੂੰ ਮਾਰਕੀਟ ਰੇਟ ਤੋਂ ਉਲਟਾ 4 ਗੁਣਾ ਵੱਧ ਪੈਸਾ ਦਿੱਤਾ ਜਾਵੇ। ਇਹ ਜਿਹੜੀਆਂ ਡਿਮਾਂਡਸ ਨੇ ਇਹਨਾਂ ਡਿਮਾਂਡਸ 'ਤੇ ਸਾਂਝਾ ਮੋਰਚਾ ਬਣ ਸਕਦਾ ਹੈ, ਤਾਂ ਕੁੱਲ ਮਿਲਾ ਕੇ ਸਹਿਮਤੀ ਬਣ ਸਕਦੀ ਹੈ ਅਤੇ ਪਹਿਲਾਂ ਦੀ ਤਰ੍ਹਾਂ ਹੀ ਮੋਰਚਾ ਜਿਹੜਾ ਉਹ ਅੱਗੇ ਵੱਧ ਸਕਦਾ। ਪਰ ਸਰ ਜਿਹੜਾ ਪਿਛਲੇ ਆਪਾਂ ਦਿਨਾਂ ਤੋਂ ਵੇਖ ਰਹੇ ਕਿ ਜਿਹੜਾ ਸਰਕਾਰੀ ਪੱਧਰ 'ਤੇ ਜਿਹੜਾ ਜ਼ੁਲਮ ਹੋ ਰਿਹਾ, ਉੱਧਰੋਂ ਸ਼ੈਲਿੰਗ ਹੋ ਰਹੀ ਹੈ ਅਤੇ ਜਾਂ ਉਹਨਾਂ ਨੇ ਇੱਕ ਕਿਸਮ ਦਾ ਬਾਰਡਰ ਜਿਹਦੇ ਬਾਰੇ ਚੱਲਦਾ ਵੀ ਪਿਆ ਕਿ ਭਾਰਤ ਪਾਕਿਸਤਾਨ ਦੇ ਬਾਰਡਰ ਦੀ ਤਰ੍ਹਾਂ ਹੀ ਪੰਜਾਬ ਅਤੇ ਭਾਰਤ ਦਾ ਬਾਰਡਰ ਬਣਾਤਾ, ਅਤੇ ਬਹੁਤ ਸਾਰੇ ਫੱਟੜ ਵੀ ਹੋਏ ਆ, ਬਹੁਤ ਸਾਰੇ ਜ਼ਖਮੀ ਵੀ ਹੋਏ ਆ, ਜਿਹੜੇ ਮਨੁੱਖੀ ਅਧਿਕਾਰ ਹੈਗੇ ਆ ਰੋਸ ਪ੍ਰਦਰਸ਼ਨ ਕਰਨ ਦੇ ਉਹ ਵੀ ਦਬਾਏ ਜਾ ਰਹੇ ਆ। ਸਰਕਾਰ ਦੀ ਕਾਰਗੁਜ਼ਾਰੀ ਕੀ ਦੇਖਦੇ ਹੋ ਕਿ ਇੱਕ ਪਾਸੇ ਉਹ ਮੀਟਿੰਗ ਲਈ ਆਉਂਦੇ ਅਤੇ ਇੱਕ ਪਾਸੇ ਉਹ ਇੱਦਾਂ ਕਰਦੇ ਪਏ? ਦੇਖੋ ਇਹ ਕਿ ਇਸ ਸਮੇਂ ਕਿ ਸਾਰਾ ਜਿਹੜਾ ਪੁਰਾਣੇ ਕਿਸਾਨ ਅੰਦੋਲਨ ਵਾਲੇ ਸੀ ਸਾਰੀਆਂ ਧਿਰਾਂ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕਿ ਅੰਦੋਲਨ ਤਾਂ ਕਰਨਾ ਚਾਹ ਰਹੀਆਂ ਸੀਗੀਆਂ ਜੀ, ਮੈਨੂੰ ਲੱਗਦਾ ਕਿ ਇਹ ਕਹਿਣਾ ਜਲਦਬਾਜ਼ੀ ਆ, ਵਿਰੋਧੀਆਂ ਦਾ ਇਲਜ਼ਾਮ ਆ ਕਿ ਜਿਹੜਾ ਕੱਕਾ ਹੈ ਜੀ ਉਹ ਕਿਸੇ ਵੇਲੇ ਭਾਰਤੀ ਜਨਤਾ ਪਾਰਟੀ ਨਾਲ ਉਹਦੀ ਨੇੜਤਾ ਸੀ, ਉਹਦੀ ਨੇੜਤਾ ਜਗਜੀਤ ਸਿੰਘ ਡੱਲੇਵਾਲ ਨਾਲ ਵੀ ਆ ਅਤੇ ਉਹਦੀ ਨੇੜਤਾ ਜਿਹੜੀ ਉਹ ਸਰਬਣ ਸਿੰਘ ਬੰਧੇਰ ਨਾਲ ਵੀ। ਕਿਹਾ ਜਾਂਦਾ ਕਿ ਉਹਨੇ ਚੱਕ ਚੁਕਾ ਕੇ ਇਹ ਮੋਰਚਾ ਲਵਾਇਆ,
ਤੇ ਇਹ ਮੋਰਚਾ ਜਲਦੀ ਤਾਂ ਲਵਾ ਦਿੱਤਾ ਕਿ ਕਾਹਲੀ ਕਾਹਲੀ ਦੇ ਵਿੱਚ ਕੁਝ ਚੀਜ਼ਾਂ ਦਾ ਐਲਾਨ ਕਰਕੇ ਮੋਦੀ ਸਰਕਾਰ ਨੂੰ ਫਾਇਦਾ ਦਿੱਤਾ ਜਾਵੇ। ਇਹ ਵਿਰੋਧੀਆਂ ਦਾ ਦੋਸ਼ ਆ, ਮੈਂ ਇਹਨੂੰ ਨੀ ਸਹੀ ਮੰਨਦਾ, ਪਰ ਵਿਰੋਧੀਆਂ ਦਾ ਦੋਸ਼ ਆ ਜੀ। ਕਿਸੇ ਵੀ ਕਾਰਨ ਕਰਕੇ, ਇੱਕ ਤਾਂ ਇਹ ਕਿ ਇਹਨਾਂ ਜਥੇਬੰਦੀ ਵਾਲਿਆਂ ਦੋਹਾਂ ਧਿਰਾਂ ਨੇ ਬਾਕੀਆਂ ਨਾਲ ਸਲਾਹ ਮਸ਼ਵਰਾ ਨਹੀਂ ਕੀਤਾ, ਛੇਤੀ ਜਾ ਕੇ ਉੱਥੇ ਮੋਰਚਾ ਲਾ ਲਿਆ, ਇੱਕ ਗੱਲ। ਦੂਜਾ ਇਹ ਕਿ ਸਰਕਾਰ ਨੇ ਜਿਹੜੀ ਤਿਆਰੀ ਕਰੀ ਆ, ਉਹ ਤਿਆਰੀ ਕਈ ਚੀਜ਼ਾਂ ਤੋਂ ਗਲਤ ਜਾਪ ਰਹੀ ਆ। ਪਹਿਲੀ ਗੱਲ ਤਾਂ ਇਹ ਕਿ ਕਿਸਾਨ ਦਿੱਲੀ ਜਾਣਾ ਚਾਹੁੰਦੇ ਜੀ। ਦਿੱਲੀ ਜਾਣਾ ਉਹਨਾਂ ਦਾ ਭਾਰਤੀ ਸੰਵਿਧਾਨ ਅਨੁਸਾਰ ਹੱਕ ਆ ਕਿ ਭਾਰਤ ਦਾ ਨਾਗਰਿਕ ਭਾਰਤ ਵਿੱਚ ਕਿਤੇ ਵੀ ਘੁੰਮ ਸਕਦਾ ਜੀ। ਤਾਂ ਉਹਨਾਂ ਨੂੰ ਹਰਿਆਣੇ ਦੀ ਪੁਲਿਸ ਨੂੰ ਰੋਕਣ ਦਾ ਅਧਿਕਾਰ ਹੀ ਕੋਈ ਨਹੀਂ, ਪਹਿਲੀ ਗੱਲ ਤਾਂ ਇਹ ਆ ਜੀ। ਉਹ ਰੋਕ ਰਹੀ ਹੈ ਕਿਹਦੇ ਇਸ਼ਾਰੇ ਤੇ ਰੋਕ ਰਹੀ ਹੈ, ਕਿਉਂ ਰੋਕ ਰਹੀ ਹੈ, ਉਹਨੂੰ ਕੌਣ ਕਹਿ ਰਿਹਾ ਕਿ ਤੁਸੀਂ ਰੋਕੋ? ਇਉਂ ਤੇ ਕੱਲ ਨੂੰ ਇਹ ਕਿ ਹਰਿਆਣੇ ਦਾ ਕੋਈ ਬੰਦਾ ਪੰਜਾਬ ਚ ਆਊ ਤੇ ਉਹਨੂੰ ਪੰਜਾਬ ਚੋਂ ਲੰਘਣ ਦਿੱਤਾ ਜਾਊ, ਹਰਿਆਣੇ ਦਾ ਬੰਦਾ ਕੱਲ ਨੂੰ ਮੱਧ ਪ੍ਰਦੇਸ਼ ਜਾਊ, ਮੱਧ ਪ੍ਰਦੇਸ਼ ਵਾਲੇ ਨੇ ਲੰਘਣ ਦੇਣਗੇ, ਇਹ ਕੋਈ ਗੱਲ ਥੋੜੋ ਜੀ। ਪਹਿਲਾਂ ਤਾਂ ਇਹ ਗੱਲ ਹੀ ਗਲਤ ਆ। ਦੂਜਾ ਇਹ ਕਿ ਆਪਣੇ ਹੀ ਨਾਗਰਿਕਾਂ ਨਾਲ ਗੱਲਬਾਤ ਕਰਨ ਦੀ ਬਜਾਏ ਤੁਸੀਂ ਕਿੱਲਾਂ ਗੜਦੇ ਆ, ਤੁਸੀਂ ਬੈਰੀਗੇਡ ਖੜੇ ਕਰਦੇ ਆ, ਫਿਰ ਤੁਸੀਂ ਖਾਈਆਂ ਪੱਟਦੇ ਆ। ਸਰਕਾਰ ਦਾ ਕੰਮ ਇਹ ਤਾਂ ਹੁੰਦਾ ਕਿ ਉਹ ਸੰਚਾਰੂ ਢੰਗ ਨਾਲ ਚਲਾਵੇ ਆਵਾਜਾਈ ਨੂੰ ਜੀ ਜੀ। ਇਹ ਰੋਕਣ ਦਾ ਕੰਮ ਤਾਂ ਸਰਕਾਰ ਖੁਦ ਕਰ ਰਹੀ ਹੈ। ਦੂਜੀ ਗੱਲ ਕਿ ਜਦੋਂ ਕਿਸਾਨ ਉੱਥੇ ਪਹੁੰਚ ਗਏ, ਉਹਨਾਂ ਤੇ ਟੀਅਰ ਗੈਸ ਛੱਡੀ ਜਾ ਰਹੀ ਹੈ, ਉਹਨਾਂ ਤੇ ਰਬੜ ਦੀਆਂ ਗੋਲੀਆਂ ਚਲਾਈਆਂ ਜਾ ਰਹੀਆਂ, ਉਹਨਾਂ ਤੇ ਲਾਠੀਚਾਰਜ ਕੀਤੇ ਜਾ ਰਹੇ। ਜਦੋਂ ਕਿ ਕਿਸਾਨ ਤਾਂ ਕੋਈ ਵੀ ਨਾ ਸਰਕਾਰੀ ਸੰਪਤੀ ਨੂੰ ਕੋਈ ਨੁਕਸਾਨ ਪਹੁੰਚਾ ਰਹੇ ਆ, ਨਾ ਹੀ ਕੋਈ ਅਪੱਧਰ ਕਰ ਰਹੇ ਆ, ਨਾ ਹੀ ਉਹਨਾਂ ਦਾ ਅਪੱਧਰ ਕਰਨ ਦਾ ਕੋਈ ਪ੍ਰੋਗਰਾਮ ਆ। ਉਹ ਤਾਂ ਕਹਿੰਦੇ ਅਸੀਂ ਦਿੱਲੀ ਜਾਵਾਂਗੇ, ਦਿੱਲੀ ਜਾ ਕੇ ਆਪਦੀ ਗੱਲ ਸੁਣਾ ਕੇ ਆਵਾਂਗੇ, ਤੇ ਨਿਸ਼ਚੇ ਹੀ ਧਰਨਾ ਮਜ਼ਾਰਾ ਰੈਲੀ ਆਪਣੀ ਗੱਲ ਰੱਖਣੀ ਉਹਨਾਂ ਦਾ ਅਧਿਕਾਰ ਆ। ਤਾਂ ਸਰਕਾਰ ਇੱਥੇ ਬਿਲਕੁਲ ਗਲਤ ਰਸਤੇ 'ਤੇ ਚੱਲ ਰਹੀ ਆ, ਗੈਰ ਲੋਕਤੰਤਰੀ ਢੰਗ ਨਾਲ ਚੱਲ ਰਹੀ ਹੈ। ਤੇ ਇਹਦੇ ਵਿੱਚ ਇਸ ਵੇਲੇ ਜਿਹੜੀ ਮੋਹਰਾ ਬਣਿਆ ਹੋਇਆ ਜੀ, ਉਹ ਮੋਹਰਾ ਜਿਹੜਾ ਹੈਗਾ ਉਹ ਹਰਿਆਣਾ ਗੌਰਮੈਂਟ ਬਣੀ ਹੋਈ ਹੈ, ਜੋ ਕਿ ਉਹਨੂੰ ਨਹੀਂ ਬਣਨਾ ਚਾਹੀਦਾ। ਤਾਂ ਦੂਜੇ ਪਾਸੇ ਨਾ ਸਰ, ਜਿਹੜਾ ਮੀਟਿੰਗਾਂ ਦਾ ਦੌਰ ਚੱਲਦਾ ਪਿਆ, ਉਹਦੇ ਬਾਰੇ ਦੋਨੇ ਕਿਸਮ ਦੀ ਜਿਹੜੇ ਵਿਚਾਰ ਬਰਾਬਰ ਚੱਲਦੇ ਪਏ। ਇੱਕ ਤਾਂ ਇਹ ਕਿ ਮੀਟਿੰਗ ਦੇ ਨਾਲ ਹੀ ਹੱਲ ਆਉਣਾ, ਤੇ ਦੂਜਾ ਵਿਚਾਰ ਹੈ ਕਿ ਮੀਟਿੰਗ ਜਿਹੜੀ ਉਹ ਕਈ ਦਿਨਾਂ ਬਾਅਦ ਰੱਖੀ ਜਾਂਦੀ, ਤੇ ਸਰਕਾਰ ਦੀ ਇੱਛਾ ਹੈ ਕਿ ਟਾਲਮਟੋਲ ਕੀਤਾ ਜਾਵੇ, ਉਨੇ ਸਮੇਂ ਦੇ ਵਿੱਚ ਹੀ ਧਰਨੇ ਨੂੰ ਜਿਹੜਾ ਕਿ ਵੱਖਰਾ ਰੂਪ ਦੇ ਦਿੱਤਾ ਜਾਵੇ, ਕੀ ਲੱਗਦਾ? ਦੇਖੋ ਗੱਲ ਇਹ ਆ ਕਿ ਜਿਹੜੀ ਆਖਰ ਹਰ ਲੜਾਈ ਦਾ ਹੱਲ ਗੱਲਬਾਤ ਦੀ ਟੇਬਲ ਤੇ ਹੁੰਦਾ ਜੀ। ਇਸ ਗੱਲਬਾਤ ਦੀ ਟੇਬਲ ਤੇ ਇਸ ਦਾ ਵੀ ਹੱਲ ਹੋਣਾ, ਪਹਿਲਾਂ ਵੀ ਤਾਂ ਗੱਲਬਾਤ ਦੀ ਟੇਬਲ ਤੇ ਹੋਇਆ, ਪਰ ਜਿਹੜਾ ਸਰਕਾਰ ਦਾ ਰਵੱਈਆ ਉਹ ਅਸਲ ਦੇ ਵਿੱਚ ਕੀ ਆ ਕਿ ਲਟਕਾਓ ਆ, ਕਿ ਲਟਕਾ ਲਓ, ਜਿੰਨਾ ਲਟਕਾਇਆ ਜਾਂਦਾ ਲਟਕਾ ਲਓ ਲਟਕਾ ਲਓ। ਉਹਦੇ ਨਾਲ ਕੀ ਹੈ ਕਿ ਇੱਕ ਦਿਨ ਡੇਟ ਆਜੂਗੀ, ਚੋਣ ਜਾਬਤਾ ਲੱਗ ਜੂਗਾ, ਕਹੂਗਾ ਹੁਣ ਅਸੀਂ ਤਾਂ ਕੁਛ ਕਰ ਨਹੀਂ ਸਕਦੇ ਜੀ। ਅਸਲ 'ਚ ਕਿਸਾਨਾਂ ਨੂੰ ਥਕਾਉਣ ਜੀ, ਬਦਨਾਮ ਕਰਨ, ਅਲਝਾਉਣ, ਲਟਕਾਉਣ ਦਾ ਇਹ ਰਸਤਾ ਚੱਲ ਰਿਹਾ। ਤੇ ਦੂਸਰਾ ਸਰ, ਕਿ ਜਿਹੜੀਆਂ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਨੇ ਉਹ ਵੀ ਆਪੋ ਆਪਣੀ ਪੱਧਰ ਦੀ ਸ਼ਮੂਲੀਅਤ ਕਰਨ ਨੂੰ ਫਿਰਦੀਆਂ ਹੈਗੀਆਂ, ਬਸ਼ਰਤੇ ਬੀਜੇਪੀ ਕਿ ਕੋਈ ਕਹਿੰਦਾ ਕਿ ਅਸੀਂ ਨਾਲ ਆ, ਕੋਈ ਕਹਿੰਦਾ ਅਸੀਂ ਨਾਲ ਆ, ਮੌਜੂਦਾ ਸਰਕਾਰ ਵੀ ਉਹਦੇ ਵਿੱਚ ਜਿਹੜਾ ਕਹਿ ਲਈ ਕਿ ਆਪਣਾ ਹੱਥ ਪਾ ਰਹੀ ਹੈ ਕਿ ਅਸੀਂ ਹੱਕ ਦੇ ਵਿੱਚ ਆ, ਉਹ ਤੁਹਾਨੂੰ ਕੀ ਲੱਗਦਾ? ਇਸ ਵੇਲੇ ਕੇਂਦਰ ਦੇ ਵਿੱਚ ਬੀਜੇਪੀ ਦੀ ਸਰਕਾਰ ਆ,
ਜੀ ਤੇ ਜਿੰਨੀਆਂ ਵੀ ਬੀਜੇਪੀ ਵਿਰੋਧੀ ਪਾਰਟੀਆਂ ਸਾਰੀਆਂ ਨੂੰ ਲੱਗਦਾ ਕਿ ਇਹਦੇ ਵਿੱਚੋਂ ਸਾਨੂੰ ਫਾਇਦਾ ਮਿਲ ਸਕਦਾ ਜੀ, ਉਹ ਚਾਹੇ ਕਾਂਗਰਸ ਹੋਵੇ, ਚਾਹੇ ਅਕਾਲੀ ਦਲ ਹੋਵੇ, ਚਾਹੇ ਕਮਿਊਨਿਸਟ ਹੋਣ, ਤੇ ਚਾਹੇ ਉਹ ਆਮ ਆਦਮੀ ਪਾਰਟੀ ਹੋਵੇ, ਉਹ ਲਾਹਾ ਲੈਣਗੀਆਂ, ਹਮੇਸ਼ਾ ਹੀ ਲਾਹਾ ਲੈਂਦੀਆਂ ਆਈਆਂ ਜੀ, ਇਸ 'ਚ ਕੋਈ ਸ਼ੱਕ ਨਹੀਂ। ਜਿਹੜਾ ਵੱਡਾ ਮਸਲਾ ਅੜਿਆ ਹੋਇਆ, ਵੱਡਾ ਮਸਲਾ ਤੇ ਇਹ ਅੜਿਆ ਹੋਇਆ ਕਿ ਜਿਹੜੇ ਕਿਸਾਨਾਂ ਦੀਆਂ ਹੀ ਹੋਰ ਧਿਰਾਂ ਨੇ, ਇੱਕ ਤਾਂ ਜਿਹੜਾ ਸੰਯੁਕਤ ਕਿਸਾਨ ਮੋਰਚਾ ਜੀ, ਉਹ ਇਹ ਤਾਂ ਹੁਣ ਭਾਰਤੀ ਕਿਸਾਨ ਯੂਨੀਅਨ ਜਿਹਨਾਂ ਨੂੰ ਇਹ ਸਿੱਧੂਪੁਰ ਕਹਿੰਦੇ ਆ, ਜਗਜੀਤ ਸਿੰਘ ਡੱਲੇਵਾਲ ਆ, ਜਾਂ ਜਿਹੜਾ ਸਰਬਨ ਸਿੰਘ ਭੰਧੇਰ ਦਾ ਕਿਸਾਨ ਮਜ਼ਦੂਰ ਹੈਗਾ ਮੋਰਚਾ ਜੀ, ਇਹ ਤਾਂ ਉਹੀ ਆ। ਬਾਕੀ ਜਿਹੜੀਆਂ ਧਿਰਾਂ ਉਹ ਧਿਰਾਂ ਵੀ ਇਸ ਅੰਦੋਲਨ ਵਿੱਚ ਕੁੱਦਣ ਗਈਆਂ ਜੀ, ਤਾਂ ਉਹਦੇ ਵਿੱਚੋਂ ਇੱਕ ਤਾਂ ਦੇਸ਼ ਭਰ ਦਾ ਸੰਯੁਕਤ ਕਿਸਾਨ ਮੋਰਚਾ, ਜਿਹਦੇ ਵਿੱਚ ਉਦੋਂ ਕੋਈ ਕਿਹਾ ਜਾ ਸਕਦਾ ਹੈ ਕਿ 300 ਤੋਂ ਉੱਪਰ ਦੀਆਂ ਜਿਹੜੀਆਂ ਜਥੇਬੰਦੀਆਂ ਸੀ 400 ਦੇ ਕਰੀਬ, ਇੱਕ ਤਾਂ ਉਹ ਮੋਰਚਾ ਵੀ ਇਸ ਵਿੱਚ ਆਵੇਗਾ ਜੀ। ਇੱਕ ਇਹ ਕਿ ਪੰਜਾਬ ਵਿੱਚ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੀਆਂ ਉਦੋਂ 32 ਜਥੇਬੰਦੀਆਂ ਸੀਗੀਆਂ, ਉਹ ਹੁਣ 27 ਰਹਿ ਗਈਆਂ ਜਾਂ 30 ਆ, ਉਹ ਵੀ ਇਸ ਵਿੱਚ ਆਉਣਗੀਆਂ। ਅਤੇ ਇਹਦੇ ਵਿੱਚ ਖੀਰ ਜਿਹੜੀ ਪੰਜਾਬ ਦੀ ਇੱਕ ਵੱਡੀ ਕਿਸਾਨ ਯੂਨੀਅਨ ਹੈ, ਜਿਹਨੂੰ ਏਕਤਾ ਗਰਾਹਾ ਕਹਿੰਦੇ, ਜੋਗਿੰਦਰ ਸਿੰਘ ਗਰਾਹਾ ਦੇ ਧੜੇ ਵਾਲੀ, ਉਹ ਵੀ ਆਵੇ। ਉਹਨਾਂ ਦੀ ਆਉਣਾ ਮਜਬੂਰੀ ਵੀ ਹੈ ਤੇ ਉਹਨਾਂ ਦਾ ਇਹ ਏਜੰਡਾ ਵੀ ਹੈ ਜੀ। ਇਹ ਨਿਸ਼ਚੇ ਹੀ ਆਉਣ ਵਾਲਾ ਜਿਹੜਾ ਸਮਾਂ ਹੈਗਾ ਉਹ ਲੱਗਦਾ ਇੱਕ ਵਾਰ ਕਿ ਚੋਣਾਂ ਤੋਂ ਪਹਿਲਾਂ ਪਹਿਲਾਂ ਜਿਹੜਾ ਕਿਸਾਨ ਅੰਦੋਲਨ ਆ ਉਹ ਹੋਰ ਭਖੇਗਾ। ਇਹਦੇ ਵਿੱਚੋਂ ਕੀ ਕੁਝ ਪ੍ਰਾਪਤ ਹੁੰਦਾ, ਕੀ ਕੁਝ ਮਿਲਦਾ, ਇਹ ਬਾਤ ਦੀ ਗੱਲ। ਤਾਂ ਕੁੱਲ ਮਿਲਾ ਕੇ ਸਮਾਂ ਘੱਟ ਹੈ ਤੇ ਮੰਗਾਂ ਮਨਵਾਉਣ ਦਾ ਟਾਈਮ ਘੱਟ ਹੈ, ਪਰ ਜਿਹੜਾ ਕਹਿ ਲਈ ਕਿ ਸਰਕਾਰ ਟਾਲਮਟੋਲ ਵੀ ਕਰ ਰਹੀ ਹੈ, ਤੇ ਇਹਨਾਂ ਦੀ ਜਿਹੜੀ ਇੱਕ ਕਹਿ ਲਈ ਯੂਨਿਟੀ ਹੈ ਉਹ ਉਹਦਾ ਵੀ ਅਸਰ ਬਹੁਤ ਜ਼ਿਆਦਾ ਪੈਣਾ। ਮਤਲਬ ਕਿ ਜੇ ਉਸੇ ਤਰ੍ਹਾਂ ਹੀ ਮੋਰਚਾ ਜਿਹੜੇ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਉਸ ਤਰ੍ਹਾਂ ਕਰ ਲੈਂਦੀਆਂ ਦੇ। ਦੇਖੋ ਗੱਲ ਇਹ ਆ ਕਿ ਨਿਸ਼ਚੇ ਹੀ ਹਜੇ ਤੱਕ ਜੀ ਬਿਨਾਂ ਸ਼ੱਕ ਨੈਤਿਕ ਸਪੋਰਟ ਬਹੁਤ ਆ। ਜਦੋਂ ਟਕੈਤ ਨੇ ਕਿਹਾ ਕਿ ਨਾ ਦਿੱਲੀ ਸਾਡੇ ਤੋਂ ਦੂਰ ਆ ਤੇ ਨਾ ਕਿਸਾਨ ਸਾਡੇ ਦਿਲੋਂ ਦੂਰ ਆ, ਭਾਵ ਵੀ ਜਿਹੜੀ ਧਿਰ ਮੋਰਚਾ ਲਾਈ ਬੈਠੀ ਆ ਭਾਵ ਉਹ ਅਸੀਂ ਨਹੀਂ ਆ, ਪਰ ਜੇ ਉਹਨਾਂ ਤੇ ਜਬਰ ਜ਼ੁਲਮ ਹੋਇਆ ਤਾਂ ਅਸੀਂ ਉਹਨਾਂ ਨਾਲ ਖੜਾਂਗੇ। ਦੂਜਾ ਦਿੱਲੀ ਸਾਡੇ ਤੋਂ ਦੂਰ ਨਹੀਂ ਕਿ ਵੀ ਅਸੀਂ ਦਿੱਲੀ ਨੂੰ ਘੇਰ ਸਕਦੇ ਹਾਂ। ਤੀਜੀ ਜਿਹੜੀ ਗੱਲ ਹੈਗੀ ਆ ਜੋਗਿੰਦਰ ਸਿੰਘ ਅਗਰਾਹਾਂ ਦਾ ਜਿਹੜਾ ਬਿਆਨ ਆ ਕਿ ਸਾਡੇ ਰਣਨੀਤਿਕ ਮਤਭੇਦ ਹੋ ਸਕਦੇ ਆ, ਜੋ ਉਹਦਾ ਬਿਆਨ ਆ, ਪਰ ਜਿੱਥੋਂ ਤੱਕ ਗੱਲ ਹੈਗੀ ਆ ਮੰਗਾਂ ਦੇ ਸੰਬੰਧ ਵਿੱਚ ਅਸੀਂ ਉਹਨਾਂ ਨਾਲ ਹਾਂ ਤੇ ਜੇ ਸਰਕਾਰ ਉਹਨਾਂ ਨਾਲ ਤਸ਼ੱਦਦ ਕਰਦੀ ਆ ਤਾਂ ਅਸੀਂ ਉਹਨਾਂ ਨਾਲ ਖੜਾਂਗੇ। ਉੱਥੋਂ ਜਿਵੇਂ ਉਹਨਾਂ ਨੇ ਐਕਸ਼ਨ ਵੀ ਕੀਤੇ ਕਿ ਜਿਹੜਾ ਪਿਛਲੇ ਦਿਨਾਂ ਤਸ਼ੱਦਦ ਹੋਇਆ ਉਹਦੇ ਵਿਰੋਧ 'ਚ ਉਹਨਾਂ ਨੇ ਰੇਲਾਂ ਰੋਕੀਆਂ ਜੀ, ਟੋਲ ਪਲਾਜ਼ੇ ਬੰਦ ਕੀਤੇ, ਲੱਗਦਾ ਹੈਗਾ ਕਿ ਖੀਰ ਕਿਸਾਨ ਜਥੇਬੰਦੀਆਂ ਉੱਥੇ ਜਾਣਗੀਆਂ, ਉਹਨਾਂ ਨਾਲ ਰਲਣਗੀਆਂ ਜਾਂ ਰਲ ਕੇ ਹੱਲਾ ਬੋਲਣਗੀਆਂ। ਵੱਡੀ ਗੱਲ ਇਹ ਹੈਗੀ ਆ ਕਿ ਸਰਕਾਰ ਇਹਨੂੰ ਕਿਵੇਂ ਨਜਿੱਠਦੀ ਹੈ ਅਤੇ ਕਿਸਾਨ ਜਥੇਬੰਦੀਆਂ ਇਹਨੂੰ ਕਿਵੇਂ ਨਜਿੱਠਦੀਆਂ। ਪਿਛਲੇ ਜਿਹੜਾ ਮੋਰਚਾ ਉਹਦੇ ਤੋਂ ਸਰਕਾਰ ਨੇ ਵੀ ਸਿੱਖਿਆ ਹੋਊਗਾ ਬਹੁਤ ਕੁਝ, ਬਿਲਕੁਲ ਬਿਲਕੁਲ, ਤੇ ਉਹਦੇ ਚੋਂ ਕਿਸਾਨਾਂ ਨੇ ਵੀ ਸਿੱਖਿਆ। ਹੁਣ ਵੱਡੀ ਗੱਲ ਇਹ ਆ ਕਿ ਕਿਸਾਨ ਕਿਸ ਤਰ੍ਹਾਂ ਇਸ ਨੂੰ ਰਿਐਕਟ ਕਰਦੇ ਆ। ਟਾਈਮ ਬਹੁਤ ਥੋੜਾ ਹੈ, ਕੱਲ ਐਤਵਾਰ ਜੀ ਤੱਕ ਉਡੀਕਣਾ ਹੈ, ਐਤਵਾਰ ਤੋਂ ਬਾਅਦ ਕੀ ਹੁੰਦਾ, ਕੀ ਬਾਕੀਆਂ ਨੂੰ ਉਹ ਕਾਲ ਦੇ ਕੇ, ਜਾਂ ਜਿਹਨੂੰ ਕਹਿੰਦੇ ਆ ਕਿ ਇੱਕ ਭਰੱਪੇ ਵਾਲਾ ਸੱਦਾ ਹੁੰਦਾ ਹੈ ਕਿ ਭਾਈ ਆਓ ਸਾਡੇ ਨਾਲ ਆਪਾਂ ਰਲ ਕੇ ਕੰਮ ਕਰਦੇ ਹਾਂ, ਨਵੀਂ ਕੋਆਰਡੀਨੇਸ਼ਨ ਕਮੇਟੀ ਤਾਂ ਬਣੂਗੀ। ਇਹ ਨਹੀਂ ਕਿ ਇਹ ਦੋ ਬੰਦਿਆਂ ਦੀ ਗਵਾਹੀ ਥੱਲੇ ਨਹੀਂ, ਉਹ ਜਾਣਗੇ ਬਾਕੀ ਬੰਦੇ।
ਹਰੇਕ ਜਥੇਬੰਦੀ ਦਾ ਇੱਕ ਆਪਣਾ ਢਾਂਚਾ ਹੁੰਦਾ, ਉਹਨੂੰ ਮੋਬਲਾਈਜ਼ ਕਰਨਾ ਹੁੰਦਾ, ਉਹਦੇ 'ਚ ਆਪਣੇ ਕਾਡਰ ਨੂੰ ਜਚਾਉਣਾ ਹੁੰਦਾ। ਮੈਨੂੰ ਲੱਗਦਾ ਕਿ ਜੇ ਕੋਈ ਵੱਡੀ ਜਥੇਬੰਦੀ ਬਣੀ ਤਾਂ ਦੂਜੇ ਪਾਸੇ ਵੀ ਇਹ ਕਿ ਸਾਰੀ ਫੋਰਸ ਤਾਂ ਜਿਹੜੀ ਉਹ ਹਰਿਆਣੇ ਪੰਜਾਬ ਦੇ ਬਾਰਡਰ 'ਤੇ ਲਾ ਰੱਖੀ ਹੈ, ਜੇ ਯੂਪੀ ਵਾਲੇ ਪਾਸਿਓਂ ਕਿਸਾਨ ਇਕੱਠੇ ਹੋ ਕੇ ਆ ਜਾਣ, ਹਰਿਆਣੇ ਦੇ ਕਿਸਾਨ ਇਕੱਠੇ ਹੋ ਕੇ ਚੱਲ ਜਾਣ, ਨਿਸ਼ਚੇ ਹੀ ਮੈਂ ਕਿ ਸਰਕਾਰ ਲਈ ਇਹ ਬੜਾ ਮਾੜਾ ਸਮਾਂ ਹੋਊਗਾ। ਪਰ ਇਹਨੇ ਪੋਲੀਟੀਕਲ ਸੈਨਰੀਓ ਨੂੰ ਵੀ ਹਿਲਾਉਣਾ, ਵੋਟ ਪੋਲੀਟਿਕਸ ਨੂੰ ਵੀ ਇਹਨੇ ਪ੍ਰਭਾਵਿਤ ਕਰਨਾ ਹੈਗਾ। ਪੰਜਾਬ ਦੀ ਜਿਹੜੀ ਜਿੱਦਾਂ ਬੀਜੇਪੀ ਪੈਰ ਪਸਾਰ ਰਹੀ ਹੈ ਅਤੇ ਤੁਹਾਨੂੰ ਪਤਾ ਕਿ ਕਿੰਨੇ ਹੀ ਜਿਹੜੇ ਕਾਂਗਰਸ ਦੇ ਬੰਦੇ ਉੱਧਰ ਚਲੇ ਗਏ, ਤਾਂ ਆਉਣ ਵਾਲੀਆਂ ਜਿਹੜੀਆਂ ਇਲੈਕਸ਼ਨ ਹੈਗੀ ਲੋਕ ਸਭਾ ਸੀਟਾਂ, ਭਾਜਪਾ ਦਾ ਕਿੱਦਾਂ ਦੀ ਸਥਿਤੀ ਰਹਿਣ ਵਾਲੀ ਹੈ ਜਾਂ ਪੂਰੇ ਪੰਜਾਬ 'ਚ ਕੀ ਹੋ ਸਕਦਾ? ਦੇਖੋ ਇਹ ਬਿਲਕੁਲ ਹੀ ਨਾ ਇੱਕ ਵੱਖਰਾ ਮਸਲਾ ਜੀ, ਐਵੇਂ ਚੱਲਦੇ ਚੱਲਦੇ ਟਿੱਪਣੀਆਂ ਕੀਤੀ ਜਾ ਸਕਦੀ ਹੈ। ਮੋਟੇ ਤੌਰ 'ਤੇ ਜੋ ਜਾਪਦਾ ਕਿ ਜਿਹੜਾ ਨੇੜਤਾ ਬਣ ਲੱਗੀ ਸੀਗੀ ਅਕਾਲੀ ਦਲ ਬਾਦਲ ਨਾਲ ਜੀ, ਕਿਸਾਨ ਅੰਦੋਲਨ ਨੇ ਇੱਕ ਵਾਰ ਉਹ ਫੇਰ ਖਟਾਈ 'ਚ ਪਾ ਦਿੱਤੀ। ਹੋ ਸਕਦਾ ਫੇਰ ਚੋਣਾਂ ਦੌਰਾਨ ਹਮਲਾ ਮਾਰਨ ਉਹ ਇਕੱਠੇ ਹੋਣ ਦੇ, ਪਰ ਇੱਕ ਵਾਰ ਖਟਾਈ 'ਚ ਪਾ ਦਿੱਤੀ ਜੀ। ਪਰ ਇਹਦਾ ਨੁਕਸਾਨ ਅਕਾਲੀ ਦਲ ਨੂੰ ਹੋਰ ਕਰਤਾ ਕਿ ਬਸਪਾ ਭੱਜ ਗਈ ਇਸੇ ਦੌਰਾਨ ਜੀ ਜੀ ਜੀ। ਇਹਦੇ ਨਾਲ ਵਾਪਰਨਾ ਕੀ ਹੈਗਾ ਕਿ ਕਦੇ ਵੀ ਲੋਕ ਸਭਾ ਦੀਆਂ ਚੋਣਾਂ ਵਿੱਚ ਤਿੰਨ ਤੋਂ ਵੱਧ ਸੀਟਾਂ ਕਦੇ ਵੀ ਭਾਰਤੀ ਜਨਤਾ ਪਾਰਟੀ ਨੇ ਨਹੀਂ ਜਿੱਤੀਆਂ, ਆਮ ਕਰਕੇ ਇੱਕ ਜਾਂ ਦੋ ਹੁੰਦੀਆਂ ਜੀ। ਜਦੋਂ ਉਹਦਾ ਅਲਾਇੰਸ ਹੁੰਦਾ ਤੇ ਉਹ 13 ਸੀਟਾਂ ਦਾ ਵੀ ਤੇ 3 ਸੀਟਾਂ ਦਾ ਵੀ ਕੋਈ ਬਹੁਤਾ ਲਾਲਚ ਨਹੀਂ ਕਰੂਗਾ ਜੀ। ਉਹ ਇੱਥੇ ਸਿਰਫ ਆਪਦੀ ਵੋਟ ਪ੍ਰਤੀਸ਼ਤਤਾ ਵਧਾਉਣੀ ਚਾਹੁੰਦੇ ਆ, ਆਪਦਾ ਆਧਾਰ ਮਜ਼ਬੂਤ ਕਰਨਾ ਚਾਹੁੰਦੇ ਆ ਭਵਿੱਖ ਵਿੱਚ, ਤਾਂ ਜੋ ਉਹ ਪੰਜਾਬ ਵਿੱਚ ਵੱਡੀ ਧਿਰ ਬਣ ਕੇ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਵਿਚਰ ਸਕਣ। ਸੋ ਲੋਕ ਸਭਾ ਦੀਆਂ ਚੋਣਾਂ ਨੂੰ ਤਾਂ ਉਹ ਆਪਦਾ ਆਧਾਰ ਵਧਾਉਣ ਲਈ ਹੀ ਵਰਤਣਗੇ। ਮੈਨੂੰ ਨਹੀਂ ਜਾਪਦਾ ਕਿ ਪੰਜਾਬ ਵਿੱਚੋਂ ਉਹਨਾਂ ਨੂੰ ਕੋਈ ਬਹੁਤੀ ਜਿੱਤ ਪ੍ਰਾਪਤ ਹੋ ਸਕਦੀ ਹੈ। ਹਾਲਾਂਕਿ ਉਹਨਾਂ ਨੇ ਇੱਕ ਫਾਰਮੂਲਾ ਕੱਢਿਆ ਸੀਗਾ, ਫਾਰਮੂਲਾ ਬੜਾ ਸਪਸ਼ਟ ਜਿਹਾ ਫਾਰਮੂਲਾ ਸੀ ਕਿ ਪੰਜਾਬ ਦੇ ਵਿੱਚੋਂ ਪੇਂਡੂ, ਪੇਂਡੂ ਵਿੱਚੋਂ ਕਿਸਾਨੀ, ਕਿਸਾਨੀ ਵਿੱਚੋਂ ਸਿੱਖ, ਸਿੱਖਾਂ ਵਿੱਚੋਂ ਜੱਟ ਜੀ, ਦੂਜੀਆਂ ਪਾਰਟੀਆਂ ਦੇ ਵਿੱਚ ਬੈਠੇ ਵੱਡੇ ਬੰਦਿਆਂ ਨੂੰ ਆਪਦੇ ਵੱਲ ਖਿੱਚੋ, ਉਹਨੂੰ ਸ਼ਾਮਿਲ ਕਰੋ, ਉਹਨਾਂ ਨੂੰ ਚੋਣ ਲੜਾਓ। ਇਹ ਫਾਰਮੂਲਾ ਉਹਨਾਂ ਨੇ ਅਪਣਾਇਆ ਅਮਰਿੰਦਰ ਸਿੰਘ ਤੋਂ ਸ਼ੁਰੂ ਕਰਿਆ ਤੇ ਅਮਰਿੰਦਰ ਸਿੰਘ ਦੇ ਪਾਤਸ਼ਾਹਾਂ ਤੋਂ ਲੈ ਕੇ ਇਹ ਪਿੱਛੇ ਤੱਕ ਗਿਆ। ਪਰ ਜਿਹੜਾ ਹੋਰ ਭਾਰਤ ਦੇ ਖਿੱਤਿਆਂ 'ਚ ਉਹਨਾਂ ਦਾ ਇਹ ਫਾਰਮੂਲਾ ਲਾਗੂ ਹੋ ਜਾਂਦਾ, ਸ਼ਾਇਦ ਪੰਜਾਬ 'ਚ ਲਾਗੂ ਨਾ ਹੋਵੇ। ਪਰ ਮੈਨੂੰ ਲੱਗਦਾ ਕਿ ਅੱਜ ਦੀ ਜਿਹੜੀ ਆਪਣੀ ਗੱਲਬਾਤ ਸੀ ਉਹ ਜ਼ਿਆਦਾ ਕਿਸਾਨੀ ਮਾਮਲੇ 'ਤੇ ਕੇਂਦਰਿਤ ਸੀ, ਆਪਾਂ ਕਿਸਾਨੀ ਮਾਮਲੇ ਦੇ ਉੱਪਰ ਹੀ ਰਹੀਏ ਜੀ। ਤੇ ਮੈਂ ਇਹ ਸਮਝਦਾ ਕਿ ਆਉਣ ਵਾਲਾ ਦੇਣਾ ਜਿਹੜਾ ਉਹ ਕਿਸਾਨੀ ਅੰਦੋਲਨ ਲਈ ਵੀ ਤੇ ਸਰਕਾਰ ਲਈ ਵੀ ਬੜਾ ਫੈਸਲਾ ਕੌਣ ਹੋਵੇਗਾ ਕਿ ਦੋਵੇਂ ਧਿਰਾਂ ਕੀ ਫੈਸਲੇ ਲੈਂਦੀਆਂ, ਤੇ ਉਸ ਆਧਾਰ 'ਤੇ ਕੋਈ ਵੀ ਜਿਹੜਾ ਗਲਤ ਫੈਸਲਾ ਉਹ ਕਿਸਾਨੀ ਅੰਦੋਲਨ ਨੂੰ ਵੀ ਬਹੁਤ ਪਿੱਛੇ ਪਾ ਸਕਦਾ ਤੇ ਸਰਕਾਰ ਲਈ ਵੀ ਉਹ ਭਾਰੂ ਪੈ ਸਕਦਾ।